ਬਾਈਬਲ ਕਲਾ ਮੋਰਚੇ ਦੀ ਸਮਾਪਤੀ ਨੂੰ ਲੈ ਕੇ ਵੱਡਾ ਐਲਾਨ ਆ ਜਿਹੜਾ ਉਹ ਸਿੱਖ ਜਥੇਬੰਦੀਆਂ ਦੇ ਵੱਲੋਂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਹੁਣ ਸੁਖਰਾਜ ਸਿੰਘ ਦਾ ਮੁੜ ਤੋਂ ਸਿੱਖ ਜਥੇਬੰਦੀਆਂ ਨੂੰ ਇੱਕ ਵੱਡਾ ਐਲਾਨ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਸਭ ਦਾ ਕੋਟੇ ਕੋਟੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਨਿਭਾਈ ਹੈ। ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਅੱਜ ਦੇ ਦਿਨ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਅਤੇ ਸਾਰੀ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਪੂਰੇ ਮੁੱਦੇ ਲੈ ਕੇ ਸੁਣਦੇ ਹਾਂ ਸੁਖਰਾਜ ਸਿੰਘ ਦਾ ਕੀ ਕਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਪਿਛਲੇ ਲੰਮੇ ਸਮੇਂ ਤੋਂ 16 ਦਸੰਬਰ 2021 ਤੋਂ ਜੋ ਮੋਰਚਾ ਬਾਈਬਲ ਕਲਾਂ ਵਿਖੇ ਲਾਇਆ ਹੋਇਆ ਸੀ, ਜਿਹੜੀਆਂ ਮੰਗਾਂ ਸੀ, ਕਾਨੂੰਨੀ ਅਰਚਨਾ ਸੀ, ਉਹ ਸਾਰੀਆਂ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਉਹ ਅਰਚਨਾ ਜਿਹੜੀਆਂ ਰੁਕਾਵਟਾਂ ਉਹ ਅੱਜ ਹਟ ਗਈਆਂ ਨੇ। ਕੱਲ੍ਹ ਨੂੰ 23 ਤਰੀਕ ਦਿਨ ਸ਼ਨੀਵਾਰ ਨੂੰ ਇੱਕ ਸਮਾਗਮ ਸਮੁੱਚੀਆਂ ਸੰਗਤਾਂ ਦੇ ਧੰਨਵਾਦ ਦੇ ਲਈ, ਗੁਰੂ ਸਾਹਿਬ ਦਾ ਕੋਟਾਂ ਕੋਟ ਸ਼ੁਕਰਾਨਾ ਉਹਨਾਂ ਦੇ ਧੰਨਵਾਦ ਦੇ ਲਈ ਜਿਨ੍ਹਾਂ ਨੇ ਆਪਣੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਅਤੇ ਇਸ ਨਿੱਕੀ ਜਿਹੀ ਕਾਮਯਾਬੀ ਨੂੰ ਸਾਰੀਆਂ ਸੰਗਤਾਂ ਦੇ ਝੋਲੀ ਦੇ ਵਿੱਚ ਪਾਇਆ। ਸੋ ਇਹੀ ਮੈਂ ਬੇਨਤੀ ਕਰਦਾ ਕਿ ਸਮਾਂ ਥੋੜ੍ਹਾ ਹੋਣ ਕਰਕੇ ਇੱਕ ਸੋਸ਼ਲ ਮੀਡੀਆ ਜ਼ਰੀਏ ਆਪਣਾ ਸਾਰੀਆਂ ਸੰਗਤਾਂ ਨੂੰ ਸੱਦਾ ਭੇਜ ਰਹੇ ਹਾਂ ਕਿ ਕੱਲ੍ਹ ਨੂੰ 23 ਤਰੀਕ ਦਿਨ ਸ਼ਨੀਵਾਰ ਨੂੰ ਬਾਈਬਲ ਕਲਾਂ ਮੋਰਚੇ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਪਿਛਲੇ ਲੰਮੇ ਸਮੇਂ ਤੋਂ 16 ਦਸੰਬਰ 2021 ਤੋਂ ਜੋ ਮੋਰਚਾ ਬਾਈਬਲ ਕਲਾਂ ਵਿਖੇ ਲਾਇਆ ਹੋਇਆ ਸੀ, ਜਿਹੜੀਆਂ ਮੰਗਾਂ ਸੀ, ਕਾਨੂੰਨੀ ਅਰਚਨਾ ਸੀ, ਉਹ ਸਾਰੀਆਂ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਉਹ ਅਰਚਨਾ ਜਿਹੜੀਆਂ ਰੁਕਾਵਟਾਂ ਉਹ ਅੱਜ ਹਟ ਗਈਆਂ ਨੇ। ਕੱਲ੍ਹ ਨੂੰ 23 ਤਰੀਕ ਦਿਨ ਸ਼ਨੀਵਾਰ ਨੂੰ ਇੱਕ ਸਮਾਗਮ ਸਮੁੱਚੀਆਂ ਸੰਗਤਾਂ ਦੇ ਧੰਨਵਾਦ ਦੇ ਲਈ, ਗੁਰੂ ਸਾਹਿਬ ਦਾ ਕੋਟਾਂ ਕੋਟ ਸ਼ੁਕਰਾਨਾ ਉਹਨਾਂ ਦੇ ਧੰਨਵਾਦ ਦੇ ਲਈ ਜਿਨ੍ਹਾਂ ਨੇ ਆਪਣੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਅਤੇ ਇਸ ਨਿੱਕੀ ਜਿਹੀ ਕਾਮਯਾਬੀ ਨੂੰ ਸਾਰੀਆਂ ਸੰਗਤਾਂ ਦੇ ਝੋਲੀ ਦੇ ਵਿੱਚ ਪਾਇਆ। ਸੋ ਇਹੀ ਮੈਂ ਬੇਨਤੀ ਕਰਦਾ ਕਿ ਸਮਾਂ ਥੋੜ੍ਹਾ ਹੋਣ ਕਰਕੇ ਇੱਕ ਸੋਸ਼ਲ ਮੀਡੀਆ ਜ਼ਰੀਏ ਆਪਣਾ ਸਾਰੀਆਂ ਸੰਗਤਾਂ ਨੂੰ ਸੱਦਾ ਭੇਜ ਰਹੇ ਹਾਂ ਕਿ ਕੱਲ੍ਹ ਨੂੰ 23 ਤਰੀਕ ਦਿਨ ਸ਼ਨੀਵਾਰ ਨੂੰ ਬਾਈਬਲ ਕਲਾਂ ਮੋਰਚੇ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਪਿਛਲੇ ਲੰਮੇ ਸਮੇਂ ਤੋਂ 16 ਦਸੰਬਰ 2021 ਤੋਂ ਜੋ ਮੋਰਚਾ ਬਾਈਬਲ ਕਲਾਂ ਵਿਖੇ ਲਾਇਆ ਹੋਇਆ ਸੀ, ਜਿਹੜੀਆਂ ਮੰਗਾਂ ਸੀ, ਕਾਨੂੰਨੀ ਅਰਚਨਾ ਸੀ, ਉਹ ਸਾਰੀਆਂ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਉਹ ਅਰਚਨਾ ਜਿਹੜੀਆਂ ਰੁਕਾਵਟਾਂ ਉਹ ਅੱਜ ਹਟ ਗਈਆਂ ਨੇ। ਕੱਲ੍ਹ ਨੂੰ 23 ਤਰੀਕ ਦਿਨ ਸ਼ਨੀਵਾਰ ਨੂੰ ਇੱਕ ਸਮਾਗਮ ਸਮੁੱਚੀਆਂ ਸੰਗਤਾਂ ਦੇ ਧੰਨਵਾਦ ਦੇ ਲਈ, ਗੁਰੂ ਸਾਹਿਬ ਦਾ ਕੋਟਾਂ ਕੋਟ ਸ਼ੁਕਰਾਨਾ ਉਹਨਾਂ ਦੇ ਧੰਨਵਾਦ ਦੇ ਲਈ ਜਿਨ੍ਹਾਂ ਨੇ ਆਪਣੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਅਤੇ ਇਸ ਨਿੱਕੀ ਜਿਹੀ ਕਾਮਯਾਬੀ ਨੂੰ ਸਾਰੀਆਂ ਸੰਗਤਾਂ ਦੇ ਝੋਲੀ ਦੇ ਵਿੱਚ ਪਾਇਆ। ਸੋ ਇਹੀ ਮੈਂ ਬੇਨਤੀ ਕਰਦਾ ਕਿ ਸਮਾਂ ਥੋੜ੍ਹਾ ਹੋਣ ਕਰਕੇ ਇੱਕ ਸੋਸ਼ਲ ਮੀਡੀਆ ਜ਼ਰੀਏ ਆਪਣਾ ਸਾਰੀਆਂ ਸੰਗਤਾਂ ਨੂੰ ਸੱਦਾ ਭੇਜ ਰਹੇ ਹਾਂ ਕਿ ਕੱਲ੍ਹ ਨੂੰ 23 ਤਰੀਕ ਦਿਨ ਸ਼ਨੀਵਾਰ ਨੂੰ ਬਾਈਬਲ ਕਲਾਂ ਮੋਰਚੇ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।